ਫਤਿਹ ਨਿਊਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ। ਇਸ ਵਕਤ ਖੜ੍ਹੇ ਹਾਂ ਹਲਕਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖੁਰਦ ਵਿਖੇ, ਜਿੱਥੇ ਕਿ ਡੇਰਾ ਬਿਸ਼ਨਪੁਰੀ ਵਿਖੇ, ਜਿੱਥੇ ਕਿ ਸੰਤ ਬਾਬਾ ਬਿਸ਼ਨ ਸਿੰਘ ਜੀ ਲੰਗਲੋ ਦੇ ਅਸਥਾਨ 'ਤੇ, ਜਿੱਥੇ ਕਿ ਸਮੂਹ ਨੰਗਲ ਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਸੰਤ ਬਾਬਾ ਰਾਮ ਸਿੰਘ ਜੀ, ਸੰਤ ਬਾਬਾ ਮਾਨ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਿਕਰਮਜੀਤ ਸਿੰਘ ਨੰਗਲ ਖੁਰਦ ਨੇ ਦੱਸਿਆ ਕਿ 10 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕੈਮਰਾ ਪਰਸਨ ਡਾਕਟਰ ਗੋਪਿੰਦ ਰਾਜਪੁਰ ਭਾਈਆਂ, ਮੈਂ ਹਰਵਿੰਦਰ ਸਿੰਘ ਭੁੰਗਨੀ, ਫਤਿਹ ਨੂੰ ਚੈਨਲ, ਮੇਰੇ ਟਿਆਣਾ ਹੁਸ਼ਿਆਰਪੁਰ।